ਸਾਹਿਕਾਲ ਜੀ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਸਾਥੀਓ ਮਾਰਚ 2022 ਦੇ ਵਿੱਚ ਜਦੋਂ ਆਮ ਲੋਕਾਂ ਦੀ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਅਸੀਂ ਆਉਂਦੇ ਹੀ ਫੈਸਲਾ ਕੀਤਾ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਉਹਦੇ ਲਈ ਅਸੀਂ ਪਹਿਲਾ ਕਦਮ ਚੁੱਕਿਆ ਕਿ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਜਾਰੀ ਕੀਤਾ ਲੋਕਾਂ ਲਈ ਜੇ ਜੇ ਤੁਹਾਡੇ ਤੋਂ ਕੋਈ ਅਫਸਰ ਕੋਈ ਮੁਲਾਜ਼ਮ ਸਰਕਾਰੀ ਦਫ਼ਤਰਾਂ ਦੇ ਵਿੱਚ ਕਿਸੇ ਕੋਈ ਕੰਮ ਕਰਾਉਣ ਦੇ ਸਰਕਾਰ ਦੀ ਫੀਸ ਤੋਂ ਅਲੱਗ ਪੈਸੇ ਮੰਗਦਾ ਹੈ ਵੱਧ ਪੈਸੇ ਮੰਗਦਾ ਹੈ ਤਾਂ ਉਹਦੀ ਆਡੀਓ ਜਾਂ ਉਹਦੀ ਵੀਡੀਓ ਬਣਾ ਕੇ ਜਾਂ ਉਹਦੀ ਵੈਸੀ ਸ਼ਿਕਾਇਤ ਜਿਹੜੀ ਤੁਸੀਂ ਉਸ ਨੰਬਰ ਤੇ ਕਰ ਸਕਦੇ ਹੋ ਸਾਲ ਹੋ ਗਿਆ ਅੱਜ ਇਸ ਹੈਲਪਲਾਈਨ ਨੂੰ ਜਾਰੀ ਕੀਤੇ ਹਨ 300 ਤੋਂ ਵੱਧ ਵੱਖ-ਵੱਖ ਵਿਭਾਗਾਂ ਦੇ ਜਿਹੜੇ ਭ੍ਰਿਸ਼ਟਾਚਾਰੀ ਜਿਨ੍ਹਾਂ ਦੀ ਸ਼ਿਕਾਇਤ ਆਈ ਸੀ ਉਹ ਅੱਜ ਜੇਲ੍ਹ ਦੇ ਵਿੱਚ ਨੇ ਕੇਸ ਚੱਲ ਰਹੇ ਨੇ ਆਮ ਆਦਮੀ ਪਾਰਟੀ ਐਂਟੀ ਕਰਪਸ਼ਨ ਮੂਵਮੈਂਟ ਚੋਂ ਨਿਕਲੀ ਐ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਚੋਂ ਨਿਕਲੀ ਐ ਤੇ ਮੈਂ ਫੇਰ ਤੁਹਾਨੂੰ ਕਹਿਣਾ ਕਿ ਭ੍ਰਿਸ਼ਟਾਚਾਰ ਵਿਰੋਧੀ ਜਿਹੜਾ ਫੋਨ ਨੰਬਰ ਹੈ ਹੈਲਪਲਾਈਨ ਨੰਬਰ ਹੈ ਉਹ ਤੁਹਾਡੀ ਸਕਰੀਨ ਤੇ ਆ ਰਿਹਾ ਹੈ ਤੇ ਤੁਸੀਂ ਉਸ ਨੰਬਰ ਤੇ ਕਾਲ ਕਰੋ ਕੋਈ ਡਰ ਜਾ ਭੈ ਜਾ ਕੋਈ ਆਪਣੇ ਮਨ ਦੇ ਵਿੱਚ ਸ਼ੰਕਾ ਸ਼ਿਕਵਾਨੀ ਰੱਖਣਾ ਅਸੀਂ ਕਾਰਵਾਈ ਕਰਾਂਗੇ ਅਸੀਂ ਚਾਹੁੰਦੇ ਆ ਕਿ ਪੰਜਾਬ ਜਿਹੜਾ ਹੈ ਉਹ ਪ੍ਰਸ਼ਾਚਾਰ ਮੁਕਤ ਹੋਵੇ ਤੇ ਲੋਕਾਂ ਦੀਆਂ ਖੱਜਲ ਖਵਾਰੀਆਂ ਬਚਣ ਤੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦਾ ਇੱਕ ਇੱਕ ਪੈਸਾ ਜਿਹੜਾ ਹੈ ਉਹਨੂੰ ਬਚਾਉਣਾ ਤੇ ਉਹਨੂੰ ਲੋਕਾਂ ਦੇ ਕੰਮਾਂ ਤੇ ਲਾਉਣਾ ਇਹ ਸਾਡੀ ਸਰਕਾਰ ਦਾ ਵਾਦਾ ਵੀ ਹੈ ਤੇ ਗਰੰਟੀ ਵੀ ਹੈ ਸੋ ਮੈਂ ਇੱਕ ਵਾਰ ਫੇਰ ਤੁਹਾਨੂੰ ਯਾਦ ਕਰਾਉਣਾ ਹੈ ਕਿ 1 ਸਾਲ ਪਹਿਲਾਂ ਹੈਲਪਲਾਈਨ ਨੰਬਰ ਜਾਰੀ ਕੀਤੀ ਸੀ ਐਂਟੀ ਕ腐ਪਸ਼ਨ ਮੂਵਮੈਂਟ ਦੀ ਉਹੀ ਨੰਬਰ ਜਿਹੜਾ ਉਹ ਚੱਲ ਰਿਹਾ ਹੈ 300 ਤੋਂ ਵੱਧ ਲੋਕਾਂ ਨੂੰ ਅਸੀਂ ਭ੍ਰਿਸ਼ਟਾਚਾਰ ਗ੍ਰੋਥਿਕ ਐਕਟ ਲਗਾ ਕੇ ਤੇ ਉਹ ਅੰਦਰ ਕਰ ਚੁੱਕੇ ਆ ਕੇਸ ਚੱਲ ਰਹੇ ਨੇ ਜਦੋਂ ਵੀ ਤੁਸੀਂ ਕੋਈ ਵੀਡੀਓ ਭੇਜੋਗੇ ਜਾਂ ਕੋਈ ਆਡੀਓ ਭੇਜੋਗੇ ਜਾਂ ਕੋਈ ਤਾਂ ਸਾਡੇ ਕੋਲੇ ਡਿਟੇਲ ਆ ਜਾਂਦੀ ਹੈ ਤੇ ਅਸੀਂ ਤੁਰੰਤ ਉਹ ਐਕਸ਼ਨ ਉਸ ਅਧਿਕਾਰੀ ਤੇ ਜਾਂ ਉਸ ਅਸਸਰ ਤੇ ਜਾਂ ਉਸ ਮੁਲਾਜ਼ਮ ਤੇ ਲੈਣੇ ਆ ਤਾਂ ਕਿ ਪੰਜਾਬ ਦੇ ਦਫ਼ਤਰ ਜਿਹੜੇ ਨੇ ਪੰਜਾਬ ਦੇ ਸਰਕਾਰੀ ਦਫ਼ਤਰ ਜਾਂ ਜਿੱਥੇ ਵੀ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਹੈ ਕ腐ਸ਼ਨ ਦਾ ਉਹ ਖੱਜਲ ਖੁਆਰੀ ਜਿਹੜੀ ਹੈ ਉਹ ਰੁਕ ਸਕੇ ਇਹ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਦੇ ਵਿੱਚੋਂ ਨਿਕਲੀ ਹੋਈ ਹੈ ਤੇ ਅਸੀਂ ਪੰਜਾਬ ਨੂੰ ਵੀ ਭ੍ਰਿਸ਼ਟਾਚਾਰ ਮੁਕਤ ਕਰਨਾ ਹੈ ਇਹ ਸਾਡਾ ਵਾਅਦਾ ਵੀ ਹੈ ਗਰੰਟੀ ਵੀ ਹੈ ਇਨਕਲਾਬ ਜਿੰਦਾਬਾਦ